ਇੱਥੋਂ ਰਾਹ ਜਾਣ ਨੂੰ ਹੈ ਨਹੀਂ ਕੋਈ। 17 ਹਾਈਵੇ ਆ ਉੱਥੋਂ ਪਤਾ ਨਹੀਂ ਕੋਈ ਸੀਰੀਅਸ ਕੰਮ ਹੋ ਗਿਆ, ਟਰੱਕ ਵਾਪਸ ਮੁੜੀ ਜਾਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ। ਆਪਣਾ ਮੁੱਕ ਗਿਆ ਸੀ ਤੇਲ, ਉਦੇ ਆਉਂਦਿਆਂ ਦਾ ਰਾਹ 'ਚ ਮੈਂ ਬਿਨੀਪੈਗ ਨੂੰ ਆਉਂਦਾ ਸੀਗਾ, ਅਤੇ ਪਰ ਜਦੋਂ ਤੇਲ ਮੁੱਕ ਜੇ ਨਾ ਟਰੱਕ ਦਾ, ਜਦੋਂ ਆਪਣੇ ਕਹਿਣ ਲੱਗ ਜੇ ਵੀ ਫਿਊਲ ਲਓ, ਅਤੇ ਉਦੋਂ 300 ਕਿਲੋਮੀਟਰ ਚੱਲ ਜਾਂਦਾ ਆ। ਅਤੇ ਆਪਾਂ ਹੁਣ ਖੜ੍ਹੇ ਹਾਂ, ਐਸੋ ਦਾ ਪੰਪ ਆ ਇੱਥੇ ਬਿਨੀਪੈਗ ਦੇ ਵਿੱਚ। ਬਈ ਇੱਥੇ ਨਾ ਇਹਨਾਂ ਦਾ ਹੋਰ ਯਾਰਡ ਆ, ਇੱਥੇ ਇਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਲੋਡ ਆ ਤੁਸੀਂ ਉਹਨੂੰ ਅਨਟਾਰਪ ਕਰ ਲਓ, ਅਤੇ ਇੱਧਰ ਆਪਾਂ ਅੰਦਰ ਜਾਣਾ ਆ ਵੇਹ ਦੇ ਅੰਦਰ। ਜਿਹੜਾ ਸਾਰਾ ਲੋਡ ਆ, ਆਪਾਂ 4 ਟਾਰਪਾਂ ਮਾਈਆਂ ਸੀ, ਉਹ ਡਰੋਪ ਕੀਤੀਆਂ ਬਾਈ ਨੇ, ਇੱਕ ਨੇ ਪੰਜਾਬੀ ਨੇ ਹੈਲਪ ਕੀਤੀ, ਬਾਈ ਦਾ ਬਹੁਤ ਬਹੁਤ ਥੈਂਕ ਯੂ। ਉਹ ਬਾਈ ਹੋ ਕਿਹੜਾ ਪੀਟਰ ਬੈਲਟ ਵਾਲਾ, ਆਪਾਂ ਨੂੰ ਸੱਦਿਆ ਆ ਵੇਹ 3 'ਚ। ਅਤੇ ਜਿਹੜੀਆਂ ਟਾਰਪਾਂ ਆ ਹੁਣ ਰਗ ਟਾਰਪਾਂ ਆਪਣੇ ਕੋਲ ਟ੍ਰੇਲਰ 'ਤੇ ਰੱਖਣ ਨੂੰ ਜਗ੍ਹਾ ਹੈ ਨਹੀਂ, ਟਾਰਪ ਆਪਾਂ ਇਹਨਾਂ ਦੇ ਯਾਰਡ 'ਚ ਛੱਡ ਚੱਲੇ। ਅਤੇ ਚਲੋ ਮਿੱਤਰੋ ਚੱਲੀਏ ਵੇਹ ਨੰਬਰ 3 'ਚ। ਪਾਈਏ ਆਪਣੇ ਅਸਤਰ ਬਸਤਰ ਅਤੇ ਲਵਾਈਏ ਲੋਡ। ਆਪਣੇ ਤੋਂ ਮੂਹਰੇ ਹੈਗੇ 2 ਜਣੇ, ਆਪਣਾ ਨੰਬਰ ਹੈਗਾ 26 ਅਤੇ 2 ਜਣੇ ਮੂਹਰੇ ਆਪਣੇ। ਆ ਪੰਪ ਬਹੁਤ ਬਿਜੀ ਆ ਸੈਸਕਾਟੂਨ ਦੇ ਵਿੱਚ, ਰਾਤ ਨੂੰ ਆ ਸਾਰਾ ਭਰਿਆ ਹੁੰਦਾ ਆ, ਸੜਕਾਂ ਉੱਥੋਂ ਤੱਕ ਲਾਈਟਾਂ ਤੱਕ ਬਹੁਤ ਬਿਜੀ ਪੰਪ ਆ ਇਹ, ਬਹੁਤ ਜ਼ਿਆਦਾ। ਉੱਥੇ ਤਾਂ ਪਾਰਕਿੰਗ ਬਹੁਤ ਮੁਸ਼ਕਲ ਮਿਲਦੀ ਆ। ਰਾਤ ਆਪਾਂ ਰੁਕੇ ਸੀ ਆ ਰੈਸਟ ਏਰੀਏ ਦੇ, ਇਹ ਅੰਟਾਰੀਓ ਅਤੇ ਵਿਨੀਪੈਗ ਦੇ ਬਾਰਡਰ 'ਤੇ ਬਣਿਆ ਰੈਸਟ ਏਰੀਆ। ਮੈਂ ਤਾਂ ਰਾਤ ਨਾ ਡਰੀ ਗਿਆ, ਟਿਕਟੋਕ 'ਤੇ ਇੱਕ ਬਾਈ ਦੀ ਵੀਡੀਓ ਵਾਇਰਲ ਹੋਈ ਸੀ, ਕਹਿੰਦਾ ਇੱਕ ਰੈਸਟ ਏਰੀਏ ਤਾਂ ਨਾ ਰੁਕਿਓ, ਉਹਨੂੰ ਪਤਾ ਨਹੀਂ ਜਾਨਵਰ ਪੈ ਗਿਆ, ਉਹ ਸਾਰਾ ਮਤਲਬ ਛਿੱਲ ਦਾ ਇੱਧਰ ਚੰਗਾ ਦਾ, ਇੱਧਰ ਟਰੱਕ ਖੜ੍ਹਾ ਆ। ਮੈਂ ਰਾਤ ਡਰੀ ਗਿਆ, ਮੈਂ ਹੋਰ ਹੀ ਨਾ ਕੋਈ ਭਾਲੂ ਭਾਲੂ ਆ ਜੇ ਕੋਈ। ਉੱਦਾਂ ਵਧੀਆ ਆ, ਮਤਲਬ ਸਾਰੇ ਰੈਸਟ ਏਰੀਏ 'ਤੇ ਖੜ੍ਹਦੇ ਆ ਹੈ ਨਾ ਲੋਕ, ਉੱਦਾਂ ਬਹੁਤ ਵੱਡਾ ਰੈਸਟ ਏਰੀਆ ਆ, ਪਰ ਫਿਰ ਵੀ ਜਿੱਦਾਂ ਹੁਣ ਆਸੇ ਪਾਸੇ ਜੰਗਲ ਆ ਨਾ, ਉਹਦਾ ਕਰਕੇ ਡਰ ਤਾਂ ਬਣਿਆ ਹੀ ਰਹਿੰਦਾ। ਜਦੋਂ ਵੀਡੀਓ ਦੇਖ ਲਓ ਤੁਸੀਂ, ਥੰਡਰਵੇ ਤੋਂ ਗਾਂਹ ਨਿਕਲੇ, ਐਕਸੀਡੈਂਟ ਹੋਇਆ ਇੱਥੇ ਹੋਇਆ, ਗੂਗਲ ਦਿਖਾ ਰਿਹਾ ਇੱਥੇ, ਅਤੇ ਇੱਕ ਇੱਧੂ ਅੱਗੇ ਆ। ਉਹ ਬੜੀ ਲੰਬੀ ਲਾਈਨ ਲੱਗ ਗਈ, ਬਹੁਤ ਜ਼ਿਆਦਾ ਲੰਬੀ ਲਾਈਨ ਲੱਗ ਗਈ, ਉੱਧਰ ਸਾਰੇ ਟਰੱਕ ਖੜ੍ਹ ਗਏ ਆ। ਉਹ ਉੱਥੇ ਹੋਇਆ ਸਾਹਮਣੇ, ਉਹ ਉੱਥੇ ਉੱਥੇ 4-way ਪੈਂਦਾ ਆ, ਮਤਲਬ ਕਿ ਜਿੱਦਾਂ ਆਪਾਂ ਚੁਰਸਤਾ ਕਹਿ ਦਿੰਦੇ ਨਾ ਪੰਜਾਬੀ 'ਚ।
ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਯਾਰ ਹਾਲੇ ਤਾਂ ਗਰਮੀ ਆ, ਸਨੋਹ 'ਚ ਕੀ ਹਾਲ ਹੋਊਗਾ ਲੋਕਾਂ ਦਾ? ਸਨੋਹ 'ਚ ਤਾਂ ਇੱਦੋਂ ਹੀ ਮਾੜਾ ਹਾਲ ਹੋਣਾ ਆ। ਇੱਥੋਂ ਰਾਹ ਜਾਣ ਨੂੰ ਹੈ ਨਹੀਂ ਕੋਈ, 17 ਹਾਈਵੇ ਆ, ਉੱਥੋਂ ਪਤਾ ਨਹੀਂ ਕੋਈ ਸੀਰੀਅਸ ਕੰਮ ਹੋ ਗਿਆ, ਟਰੱਕ ਵਾਪਸ ਮੁੜੀ ਜਾਂਦੇ ਆ। ਟਾਰਪਾਂ ਲਾ ਤੀਆਂ ਆ, ਹੁਣ ਸਟਰਾਈਪਾਂ ਰਹਿ ਗਈਆਂ, ਸਟਰਾਈਪਾਂ ਲਾ ਕੇ ਥੱਲੇ ਇੱਦਾਂ ਸੁੱਟ ਲੈਣੀਆਂ ਆ ਅਤੇ ਲੋਡਰ ਆ ਕੇ ਲਾ ਦੂਗਾ, ਕਿਉਂਕਿ ਆਪਣੇ ਕੋਲ ਪਿਕਅਪ ਆ, ਫਿਰ ਉਦੋਂ ਨੂੰ ਉਹ ਲਾ ਦੂਗਾ ਅਤੇ ਆਪਾਂ ਸਟਰਾਈਪਾਂ 2 ਮਿੰਟ ਲੱਗਣੇ ਆ। ਨਹੀਂ ਉਹਨੇ ਮੇਰੀ ਵੇਟ ਕਰੀ ਜਾਣਾ ਆ। ਗਰਮੀ ਬਹੁਤ ਹੋਈ ਪਈ ਆ। ਆ ਰਾਹ ਤੇ ਨਾ ਲੋਕਾਂ ਦੇ ਘਰ ਬਹੁਤ ਸੋਹਣੇ ਆ ਯਾਰ, ਖੇਤਾਂ 'ਚ ਘਰ ਬਣਾਏ ਹੋਏ ਆ, ਬੜੇ ਤਗੜੇ ਆ। ਦੇਖੋ ਕਿੰਨੇ ਸਜਾ ਕੇ ਰੱਖੇ, ਗੱਦੀ 'ਚ ਪੂਰਾ ਲਾਇਆ, ਮੱਕੀ ਮੁੱਕੀ ਬੀਜੀ ਆ ਸਾਰਿਆਂ ਦੀ। ਆ ਖੇਤ ਇੱਧਰ ਆ ਗਏ, ਆ ਦੇਖ ਲਓ ਕਿੰਨੇ ਸੋਹਣੇ ਬਣਾ ਕੇ ਰੱਖੇ ਆ ਯਾਰ। ਮੇਰੇ ਤਾਂ ਜੀ ਕਰ ਰਿਹਾ ਵੀ ਮੈਂ ਉਤਰ ਕੇ ਜਾਵਾਂ ਯਾਰ, ਬੜੇ ਘੈਂਟ ਘਰ ਆ ਯਾਰ ਮੌਂਟਰੀਅਲ 'ਚ। ਕੀ ਸਕੂਨ ਜਾ ਰਿਹਾ ਦੇਖ ਕੇ, ਆ ਦੇਖ ਲਓ ਲੈ। ਕਈ ਵਾਰੀ ਫਲੈਟ ਬੈੱਡ ਦੇ ਲੋਡ ਇੱਦਾਂ ਵੀ ਚੱਕਣੇ ਪੈਂਦੇ ਆ। ਆ ਇਹਨਾਂ ਦਾ ਮਤਲਬ ਹੈਗਾ ਆ ਡੌਕ ਆ, ਅਤੇ ਉਹਦੇ ਨਾਲ ਇੱਦਾਂ ਬਣਿਆ ਆ, ਉੱਥੇ ਜਿਵੇਂ ਉਹ ਟਰੱਕ ਆ ਇੱਦਾਂ ਲਿਆ ਕੇ ਸਿੱਧਾ ਇੱਦਾਂ ਲਾ ਤਾ। ਪਹਿਲਾਂ ਮੈਂ ਬੈਕ ਲੱਗੇ ਆਉਣ ਲੱਗਿਆ ਸੀ, ਉਹ ਕਹਿੰਦਾ ਨਹੀਂ, ਕਹਿੰਦਾ ਇਹਨੂੰ ਫੋਰਵਰਡ ਲਾ ਲਾ ਸਹੀ ਰਹੂਗਾ। ਇਹ ਹੈਗਾ 5 ਫਰਾਈਡੇ, ਅੱਜ ਲੋਡ ਮਸਾਂ ਹੀ ਮਿਲਿਆ ਵੀ। ਇਹਦਾ ਵੇਟ ਹੈਗਾ 20,000, ਮੈਂ ਜੇ ਇਹਨੂੰ ਮੂਹਰੇ ਰਖਾਉਂਦਾ ਤਾਂ ਇਹਦਾ ਜ਼ਿਆਦਾ ਹੋ ਜਾਣਾ ਸੀ ਭਾਰ, ਸੋ ਇਸੇ ਕਰਕੇ ਆਪਾਂ ਸੈਂਟਰ 'ਚ ਰਖਾਇਆ ਤਾਂ ਕਿ ਸਹੀ ਹੋ ਜਾਵੇ ਵੇਟ ਆਪਣਾ। ਬਾਕੀ ਮੈਂ ਵੇਟ ਵਾਲੀ ਵੀ ਦੇਖ ਲਈ ਹੈ, ਉਹ ਤਾਂ ਚਲੋ ਠੀਕ ਹੀ ਹੈ। ਉਹ 5 ਸਕਿੱਡਾਂ ਹੀ, ਇਹ 'ਤੇ ਪਾਉਣੀ ਆਪਾਂ ਟਾਰਪ। ਹਾਂਜੀ ਮਿੱਤਰੋ, ਛੱਤੀ ਆਪਾਂ ਇੱਥੇ ਪਾਈ ਅੱਜ ਪੰਪ 'ਤੇ। ਇਹ ਪੰਪ ਆ, ਟਰੱਕ ਸਟੋਪ ਆ ਬਹੁਤ ਵੱਡਾ ਮੌਂਟਰੀਅਲ 'ਚ, ਇਹਦਾ ਨਾਂ ਹੈਗਾ ਹਰਬਸ। ਇਹਨਾਂ ਦਾ ਟੋ ਵਾਲਾ ਵੀ ਕੰਮ ਆ, ਪੰਪ ਵੀ ਆਪਦਾ ਗੋਰੇ ਦਾ, ਬਹੁਤ ਵੱਡਾ ਪੰਪ ਆ। ਅਤੇ ਉੱਧਰ ਖੇਤ ਆ ਹੈ ਨਾ, ਉੱਥੇ ਜਹਾਜ਼ ਖੜਾਇਆ ਹੁੰਦਾ ਇਹਦਾ ਗੋਰੇ ਦਾ। ਹੁਣ ਛੱਤੀ ਪੂਰੀ ਹੋਈ ਆ, ਹੌਲੀ ਚੱਕ ਲਈਏ। ਅਤੇ ਪ੍ਰੀ ਟ੍ਰਿਪ ਕਰ ਲਈਏ ਅਤੇ ਚੱਲੀਏ ਮਿੱਤਰੋ। ਆਪਣਾ ਸਾਰਾ ਓਕੇ ਆ, ਐਨ ਬੰਨ ਤਾਂ
ਖੜਕਣੇ ਚਾਹੀਦੇ ਟਾਇਰ ਪੂਰੇ। ਇੰਡੀਕੇਟਰ ਵੀ ਮਗਰਲੇ ਚੱਲਦੇ ਆ। ਨਹੀਂ ਉੜਦੀਆਂ ਆਪਣੀਆਂ ਸਟ੍ਰਾਈਪਾਂ, ਟਾਰਪ ਨਹੀਂ ਉੜਦੀ। ਹੁਣ ਸ਼ੁਕਰ ਚਲੋ ਵੀ ਫਿਰ ਲੋਡ ਮਿਲ ਗਿਆ ਆ, ਚੱਲੀਏ ਛੱਤੀ ਆਪਾਂ ਪਾਲੀ ਆ। ਚਾਹ ਰਹਿ ਗਈ ਸੀ ਥੋੜ੍ਹੀ ਜੀ ਅਤੇ ਮੈਂ ਕਿਹਾ ਚਾਹ ਚਲੋ ਗਰਮ ਕਰ ਲਈਏ, ਗਰਮੀ ਬਹੁਤ ਹੋਈ ਪਈ ਆ। 31 ਡਿਗਰੀ ਟੈਂਪਰੇਚਰ ਹੋਇਆ ਪਿਆ ਰਜਾਈਨਾ ਦੇ ਵਿੱਚ, ਅਤੇ ਬਟ ਆਪਾਂ ਚੱਲੀਏ ਰਜਾਈਨਾ ਤੋਂ ਪਿਕਅਪ ਕਰਕੇ ਵਿਨੀਪੈਗ ਆਪਾਂ ਲਾਉਣਾ ਆ। ਅਤੇ ਚਲੋ ਮਿੱਤਰੋ ਚੱਲੀਏ ਕਰਾਂ। ਫਲੈਟ ਬੈੱਡ ਦੀਆਂ ਵੀ ਡੋਕਾਂ ਹੁੰਦੀਆਂ ਆ ਜਿੱਦਾਂ ਰੀਫਰ ਅਤੇ ਡਰਾਈ ਵੈਨ ਦੀਆਂ, ਇਹ ਬ੍ਰੈਂਡ ਆ। ਇੱਥੇ ਆਪਾਂ ਲੋਡ ਲਾਉਣ ਆਏ ਹਾਂ, ਇਹ ਡੋਕ ਬਣੀ ਹੁੰਦੀ ਆ, ਛੋਟੀ ਆ ਵੱਡੀ ਆ, ਸੋ ਇੱਥੇ ਆਪਾਂ ਲਾ ਤਾ। ਹੁਣ ਇਹਨਾਂ ਨੇ ਇੱਥੋਂ ਸਿੱਧਾ ਹੀ ਇਹ ਚੜ੍ਹਾ ਲੈਣੇ ਆ ਉੱਤੇ। ਅਤੇ ਚਲੋ ਹੁਣ ਚੇਨਾ ਖੋਲੀਏ। ਇਹ ਡੋਕਾਂ ਬਣੀਆਂ ਆ ਤਿੰਨ ਇਹਨਾਂ ਦੀਆਂ, ਇੱਥੇ ਚੇਨਾ ਖੋਲ ਦੇ ਗਏ। ਹੁਣ ਇਹਦੀ ਚਾਬੀ ਆਪਾਂ ਰੱਖੀ ਸੀ ਐਚ ਕੱਢ ਕੇ, ਮੈਂ ਕਿਹਾ ਡੈਗਣਾ ਪਿਆ। ਹੁਣ ਜਿੰਨਾ ਚਿਰ ਮਸ਼ੀਨਾਂ ਲੈਂਦੀਆਂ ਆ ਆਪਾਂ ਉਹਨਾਂ ਚਿਰ ਚਾਹ ਇੰਜੋਏ ਕਰ ਲਈਏ। ਹੁਣ ਇਹਨਾਂ ਦਾ ਟਾਈਮ ਆ ਗਿਆ ਆ ਕੰਮ ਕਰਨ ਦਾ, ਹੁਣ ਇੱਧਰ ਉੱਧਰ ਲੋਡ ਸ਼ਿਫਟ ਹੋ ਰਹੇ ਆ। ਲੋਡ ਲੈ ਗਿਆ ਆਪਣਾ, ਇੱਕ ਮਸ਼ੀਨ ਰਹਿ ਗਈ ਆ। ਅੱਜ ਹੈਗਾ ਫਰਾਈਡੇ,